श्री वाहेगुरु जी सतनाम श्री वाहेगुरु जी दंडौत वंदन कुवार सर्व कला समरथ डोलन ते राखो नानक दे कर हथ ज्ञान अंजन गुण दिया अज्ञान अंधेर विनाश हर कृपा ते संत भेटिया नानक मन परगास श्री वाहे गुरु जी सतनाम श्री वाहे गुरु साहिब जी जप आद सच जुगाद सच है भी सच नानक होसी भी सच सोचे सोच ना हो वही जे सोची लख बार चुपे चुप न हो वही जे लाहे रहा लिवतार भुखियां भुख न उतरी जे बना पुरियां पार सहस सियान पालख होहे एक न चल नाल किव सचियारा होई आए किव कूड़े टूटे पाल हुकम रजाई चलना नानक लखिया रजाई चलना नानक लिखिया नाल वाहिगुरु जी का खालसा वाहिगुरु जी की फतेह। परम सत्कार योग गुरु रूप साहिब जी श्री गुरु नानक देव जी महाराज दी महान रचना जपजी साहिब दी विचार लड़ी आरंभ करते हैं। असी इहदे नाल बयान कीते मूल मंत्र ते विचार कर चुके जिस विच सतगुरु जी ने अकाल पुरख दी प्रभु दी रूपरेखा उस ते जो विशेष गुण हन उन्हां दा सूत्र रूप दे विच निरूपण कीता है। हुण जपजी दी बाणी शुरू हो गई है जिसका सिरलेख है जप। इस सिरलेख तों इह स्पष्ट है कि वाहिगुरु दा सिमरन
ਪ੍ਰਭੂ ਦੇ ਨਾਮ ਦਾ ਜਾਪ ਜਪ ਜੀ ਦਾ ਮੁੱਖ ਵਿਸ਼ਾ ਹੈ ਔਰ ਸਾਨੂੰ ਉਪਦੇਸ਼ ਹੈ। ਮਾਰੀ ਕਹਿੰਦੇ ਨੇ ਕਿ ਜਪ ਜਾਪ ਕਰੋ, ਸਿਮਰਨ ਕਰੋ, ਉਸ ਵਾਹਿਗੁਰੂ ਨੂੰ ਯਾਦ ਕਰੋ। ਕਿਹੜੇ ਵਾਹਿਗੁਰੂ ਨੂੰ? ਜਿਸ ਦਾ ਉਹਨਾਂ ਨੇ ਮੂਲ ਮੰਤਰ ਵਿੱਚ ਵਰਣਨ ਕੀਤਾ ਹੈ ਅਤੇ ਉਹਦੀ ਵਿਆਖਿਆ ਅੱਗੋਂ ਹੋਰ ਕਰ ਰਹੇ ਹਨ। ਉਸ ਵਾਹਿਗੁਰੂ ਦਾ ਸਿਮਰਨ ਕਰੋ, ਉਹਦਾ ਜਾਪ ਕਰੋ ਜਿਹੜਾ ਆਦਿ ਸੱਚ, ਜਿਹੜਾ ਹਮੇਸ਼ਾ ਹੀ ਸੱਚਾ ਹੈ, ਜੋ ਸੱਚ ਦਾ ਪ੍ਰਤੀਕ ਹੈ, ਹਰ ਸਮੇਂ ਦੇ ਵਿੱਚ ਜੋ ਸੱਚਾ ਹੈ। ਆਦਿ ਜਦ ਇਹ ਸੰਸਾਰ ਬਣਿਆ ਹੈ ਉਸ ਵੇਲੇ ਵੀ ਉਹ ਸੱਚ ਸੀ। ਜੁਗਾਦ ਸੱਚ, ਤੇ ਜਿਸ ਵੇਲੇ ਤੋਂ ਮਨੁੱਖ ਨੇ ਯੁੱਗ ਬਣਾਏ ਹਨ, ਸਮੇਂ ਦੀ ਵੰਡ ਕੀਤੀ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਚਾਰ ਯੁੱਗ ਮੰਨੇ ਜਾਂਦੇ ਹਨ। ਸਭ ਤੋਂ ਪਹਿਲਾਂ ਸਤਯੁੱਗ ਹੈ, ਉਸ ਤੋਂ ਬਾਅਦ ਤ੍ਰੇਤਾ ਯੁੱਗ ਹੈ, ਉਸ ਤੋਂ ਬਾਅਦ ਦੁਆਪਰ ਯੁੱਗ ਹੈ ਅਤੇ ਉਸ ਤੋਂ ਬਾਅਦ ਕਲਯੁੱਗ ਦਾ ਸਮਾਂ ਹੈ ਜਿਸ ਵਿੱਚ ਅਸੀਂ ਅੱਜ ਜੀ ਰਹੇ ਹਾਂ। ਔਰ ਐਸਾ ਖਿਆਲ ਕੀਤਾ ਜਾਂਦਾ ਹੈ ਕਿ ਹਰ ਯੁੱਗ ਦੀ ਉਮਰ ਲੱਖਾਂ ਵਰ੍ਹੇ ਦੀ ਹੈ। ਸੋ ਕਈ ਲੱਖਾਂ ਵਰ੍ਹੇ ਪਹਿਲਾਂ ਜਦੋਂ ਇਹ ਯੁੱਗਾਂ ਦਾ ਖਿਆਲ ਸ਼ੁਰੂ ਹੋਇਆ ਉਦੋਂ ਵੀ ਉਸ ਅਕਾਲ ਪੁਰਖ ਦੀ ਹਸਤੀ ਇੱਕੋ ਇੱਕ ਸੱਚ ਸੀ। ਸੰਸਾਰ ਦੇ ਸ਼ੁਰੂ ਹੋਣ ਵੇਲੇ ਵੀ ਤੇ ਯੁੱਗਾਂ ਦੇ ਸ਼ੁਰੂ ਹੋਣ ਵੇਲੇ ਵੀ ਇੱਕ ਸੱਚ ਕੇਵਲ ਉਹ ਹੀ ਸੀ। ਬਾਕੀ ਉਸ ਦੇ ਮੁਕਾਬਲੇ ਦੀ ਹੋਰ ਕੋਈ ਅਜਿਹੀ ਹਸਤੀ ਨਹੀਂ ਸੀ ਜਿਸ ਨੂੰ ਸੱਚ ਕਿਹਾ ਜਾ ਸਕਦਾ। ਆਦਿ ਸੱਚ, ਜੁਗਾਦ ਸੱਚ, ਮਹਾਰਾਜ ਕਹਿ ਰਹੇ ਨੇ ਅੱਜ ਵੀ ਉਹੀ ਸੱਚਾ ਹੈ, ਵਰਤਮਾਨ ਸਮੇਂ ਵਿੱਚ ਵੀ ਉਹੀ ਸੱਚਾ ਹੈ। ਹੈ ਵੀ ਸੱਚ, ਹੈ ਵੀ ਅੱਜ ਵੀ ਉਹ ਹੀ ਸੱਚਾ ਹੈ ਔਰ ਆਉਣ ਵਾਲੇ ਸਮੇਂ ਵਿੱਚ, ਫਿਊਚਰ ਦੇ ਵਿੱਚ ਵੀ, ਭਵਿੱਖ ਕਾਲ ਦੇ ਵਿੱਚ ਵੀ ਕੇਵਲ ਉਹ ਹੀ ਇੱਕ ਸੱਚ ਹੋਏਗਾ, ਹੋਰ ਵੀ ਉਹਦੇ ਮੁਕਾਬਲੇ ਦਾ ਸੱਚ ਨਹੀਂ ਹੋਏਗਾ। ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਜਪਜੀ ਸਾਹਿਬ ਦੇ ਵਿੱਚ ਵਿਚਾਰ ਦਾ ਕੇਂਦਰ ਬਿੰਦੂ ਉਹ ਸੱਚ ਹੈ, ਉਹ ਪ੍ਰਭੂ ਹੈ, ਉਸਦੀ ਹਸਤੀ ਜੋ ਸੱਚ ਦੀ ਪ੍ਰਤੀਨਿਧਤਾ ਕਰਦੀ ਹੈ, ਉਹ ਹੀ ਇਸਦਾ ਕੰਟੈਂਟ ਹੈ, ਇਸਦਾ ਵਿਸ਼ਾ ਹੈ। ਸੋ ਮਹਾਰਾਜ ਜੀ ਪਹਿਲੀ ਪੌੜੀ ਸ਼ੁਰੂ ਕਰਦੇ ਹੋਏ ਸਾਨੂੰ ਇਹ ਦੱਸਣ ਦਾ ਯਤਨ ਕਰ ਰਹੇ ਹਨ ਕਿ ਜਿਸ ਸੱਚ ਦੀ ਮੂਲ ਮੰਤਰ ਵਿੱਚ ਵਿਆਖਿਆ ਹੋਈ ਹੈ ਜਾਂ ਇਸ ਸਲੋਕ ਦੇ ਵਿੱਚ ਵਿਆਖਿਆ ਹੋਈ ਹੈ, ਉਸ ਤੱਕ ਮਨੁੱਖ ਕਿਵੇਂ ਪਹੁੰਚ ਸਕਦਾ ਹੈ, ਉਸ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ, ਉਹਦੇ ਸੱਚ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ, ਉਹਦੇ ਸੱਚ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਸੰਪਰਕ ਬਣਾ ਸਕਦੇ ਹਾਂ, ਉਸਦਾ ਹਿੱਸਾ ਬਣਾ ਸਕਦੇ ਹਾਂ। ਸੰਸਾਰ ਦੇ ਵਿੱਚ ਅਨੇਕਾਂ ਹੀ ਧਰਮ ਹਨ, ਅਨੇਕਾਂ ਹੀ ਵਿਚਾਰਧਾਰਾਵਾਂ ਹਨ, ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਉਸ ਪ੍ਰਭੂ ਦੇ ਨਾਲ ਮਿਲਣ ਦੇ ਇਹ ਇਹ ਢੰਗ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਤਰੀਕਿਆਂ ਦਾ ਜ਼ਿਕਰ ਕਰ ਰਹੇ ਹਨ ਜੋ ਮਨੁੱਖਾਂ ਨੇ ਅਪਣਾਏ ਹੋਏ।
ਅਤੇ ਨਾਲ ਹੀ ਆਪਣੀ ਟਿੱਪਣੀ ਦੇ ਕੇ ਸਾਨੂੰ ਠੀਕ ਮਾਰਗ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਨੇ ਆਦਿ ਸੱਚ ਦੀ ਗੱਲ, ਜੁਗਾਦ ਸੱਚ ਦੀ ਗੱਲ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਦੀ ਗੱਲ ਸਮੁੱਚੀ ਬਾਣੀ ਦੇ ਵਿੱਚ ਵਿਚਾਰ ਅਧੀਨ ਲਿਆ ਵੀ ਹੈ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੈਸਰੀ ਦੀ ਵਾਰ ਦੇ ਸਲੋਕ ਵਿੱਚ ਲਿਖਦੇ ਹਨ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਉਹ ਪੂਰਨ ਪਰਮੇਸ਼ੁਰ, ਉਹ ਸੱਚਾ ਪਰਮੇਸ਼ੁਰ ਸੰਸਾਰ ਦੇ ਆਦਿ ਵਿੱਚ ਵੀ ਸੀ, ਸੰਸਾਰ ਦੇ ਮੱਧ ਵਿੱਚ ਵੀ ਹੈ, ਔਰ ਅੰਤ ਵਿੱਚ ਵੀ ਉਹੀ ਹੋਏਗਾ। ਉਸ ਤੋਂ ਬਿਨਾਂ ਹੋਰ ਕੋਈ ਹਸਤੀ ਨਹੀਂ ਹੋਏਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਦੱਸ ਰਹੇ ਨੇ ਕਿ ਉਸ ਹਸਤੀ ਤੱਕ ਸਾਡੀ ਪਹੁੰਚ ਕਿਵੇਂ ਹੋਵੇ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਕਈ ਲੋਕ ਇਸ ਤਰ੍ਹਾਂ ਵਿਚਾਰ ਰੱਖਦੇ ਹਨ ਕਿ ਸਰੀਰ ਦੀ ਪਵਿੱਤਰਤਾ ਕਰਕੇ ਅਸੀਂ ਉਹਦੇ ਨਾਲ ਜੁੜ ਸਕਦੇ ਹਾਂ। ਸ਼ੌਚ, ਸਰੀਰ ਨੂੰ ਇਸ਼ਨਾਨ ਆਦਿ ਨਾਲ ਪਵਿੱਤਰ ਕਰਨਾ। ਮਹਾਰਾਜ ਜੀ ਕਹਿੰਦੇ ਨੇ ਸ਼ੌਚ ਕਰਕੇ ਜ਼ਰੂਰੀ ਨਹੀਂ ਕਿ ਤੁਸੀਂ ਉਹਦੇ ਨਾਲ ਜੁੜ ਜਾਓ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਲੱਖਾਂ ਵਾਰ ਇਸ਼ਨਾਨ ਕਰ ਲਓ, ਲੱਖਾਂ ਵਾਰ ਸਰੀਰ ਨੂੰ ਧੋ ਲਓ, ਪਰ ਇਸ ਤਰ੍ਹਾਂ ਦਾ ਸੋਚ ਕਰਕੇ ਸ਼ਾਇਦ ਤੁਹਾਨੂੰ ਸਫਲਤਾ ਨਾ ਹੋ ਸਕੇ। ਕਿਉਂਕਿ ਸਰੀਰ ਨੂੰ ਧੋਣ ਦੇ ਨਾਲ, ਸਰੀਰ ਨੂੰ ਪਵਿੱਤਰ ਬਣਾਉਣ ਦੇ ਨਾਲ, ਸੋਹਣਾ ਬਣਾਉਣ ਦੇ ਨਾਲ ਉਸਦੀ ਹਸਤੀ ਤੱਕ ਪਹੁੰਚਣਾ ਮੁਸ਼ਕਿਲ ਹੈ। ਪਰ ਫਿਰ ਵੀ ਲੋਕ ਯਤਨ ਕਰਦੇ ਹਨ, ਤੀਰਥਾਂ 'ਤੇ ਜਾਂਦੇ ਨੇ, ਇਸ਼ਨਾਨ ਕਰਦੇ ਨੇ, ਹੋਰ ਵੀ ਅਨੇਕਾਂ ਤਰੀਕੇ ਵਰਤਦੇ ਨੇ, ਔਰ ਪਵਿੱਤਰਤਾ ਦੀ, ਸੁੱਚ ਪਿੱਟ ਦੀ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਮਹਾਰਾਜ ਜੀ ਕਹਿੰਦੇ ਨੇ ਕਿ ਇਹਨਾਂ ਗੱਲਾਂ ਦੇ ਕੋਈ ਅਰਥ ਨਹੀਂ ਹਨ, ਇਹਨਾਂ ਗੱਲਾਂ ਦਾ ਕੋਈ ਲਾਭ ਨਹੀਂ, ਭਾਵੇਂ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਟੈਕਨੀਕਾਂ ਕਿੰਨੀ ਵਾਰ ਅਸੀਂ ਅਪਣਾਉਂਦੇ ਰਹੇ। ਚੁੱਪੈ ਚੁੱਪ ਨਾ ਹੋਵੇ, ਹੋਰ ਅਨੇਕਾਂ ਹਨ ਜਿਹੜੇ ਚੁੱਪ ਧਾਰਨ ਕਰਕੇ ਬਹਿ ਜਾਂਦੇ ਨੇ, ਮੋਨੀ ਹੋ ਜਾਂਦੇ ਨੇ, ਮੌਨ ਧਾਰਨ ਕਰ ਲੈਂਦੇ ਨੇ, ਲਿਵ ਲਗਾ ਲਈ, ਉਹਦੇ ਨਾਲ ਆਪਣੇ ਆਪ ਨੂੰ ਜੋੜ ਲਿਆ, ਔਰ ਇਹ ਸੋਚਿਆ ਕਿ ਸ਼ਾਇਦ ਇਹ ਸਮਾਧੀ ਲਗਾਉਣ ਦੇ ਨਾਲ ਹੀ ਸਾਨੂੰ ਉਸਦੀ ਪ੍ਰਾਪਤੀ ਹੋ ਜਾਏਗੀ। ਮੌਨ ਧਾਰਨਾ, ਚੁੱਪ ਰਹਿਣਾ, ਮਹਾਰਾਜ ਕਹਿੰਦੇ ਨੇ ਕਿ ਇਹ ਵੀ ਕੋਈ ਖਾਸ ਗੱਲ ਨਹੀਂ, ਭਾਵੇਂ ਅਸੀਂ ਕਿਤਨੀ ਲਿਪ ਉਹਦੇ ਨਾਲ ਜੋੜ ਲਈਏ, ਕਿੰਨਾ ਵੀ ਚੁੱਪ ਰਹਿ ਕੇ ਸੋਚਦੇ ਰਹੀਏ, ਜ਼ਰੂਰੀ ਨਹੀਂ ਕਿ ਸਾਨੂੰ ਉਹਦੇ ਨਾਲ ਮੇਲ ਹਾਸਲ ਹੋ ਜਾਏ। ਸੋਚਿਤ ਸਾਚਿਤ ਰਹਿਣ ਬਿਹਾਨੀ, ਅਨਕ ਰੰਗ ਮਾਇਆ ਕੈ ਚਿਤਵਤ, ਕਬੋ ਹੁਣ ਸਿਮਰੈ ਸਾਰੀ ਬਾਣੀ। ਮਹਾਰਾਜ ਕਹਿੰਦੇ ਨੇ ਕਿ ਸਿਮਰਨ ਦੀ ਲੋੜ ਹੈ, ਚੁੱਪ ਧਾਰਨ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ। ਮੌਨ ਵਿਗੂਤਾ ਕਿਉਂ ਜਾਗੇ ਗੁਰਬਿੰਦ ਸੂਤਾ। ਮੌਨ ਧਾਰਨ ਕਰਕੇ ਉਹਦੇ ਵਿੱਚ ਗੁਆਚਿਆ ਹੋਇਆ। ਮਹਾਰਾਜ ਕਹਿੰਦੇ ਨੇ ਕਿ ਮੌਨ ਧਾਰਨ ਦੇ ਕਰਨ ਨੂੰ ਫਾਇਦਾ ਕੋਈ ਨਹੀਂ ਹੋਣਾ, ਕਿਉਂਕਿ ਜੇ ਉਹਨੇ ਸੱਚ ਦੇ ਮਾਰਗ 'ਤੇ ਚੱਲਣਾ ਹੈ, ਵਾਹਿਗੁਰੂ ਦੇ ਵੱਲ ਜਾਣਾ ਹੈ, ਤਾਂ ਉਹਨੂੰ ਗੁਰੂ ਦੀ ਸ਼ਰਨ ਵਿੱਚ ਹੋਣਾ ਪਏਗਾ। ਮੌਨ ਭੈਉ ਕਰ ਪਾਤੀ ਰਹਿਓ, ਨਗਨ ਫਿਰਿਓ ਬਣ ਮਾਹੀ, ਤਟ ਤੀਰਥ ਸਭ ਧਰਤੀ ਪ੍ਰਭਿਓ, ਦੁਬਦਾ ਛੁਟਕੈ ਨਾਹੀ।
मुन धारण करके तीर्थां ते पौंदा रहो पर तैनूं उहदा लाभ कोई नहीं होना। यह इस एक भटकण है जिहदे विच मनुख फसे हुए ने, कोई ना कोई तरीके लभ रहे ने, कोई ना कोई कर्म कांड प्रचार रहे हैं ज अपना रहे हैं पर उन्होंने सच के मार्ग की समझ नहीं आ रही। भुखिया भुख ना उतरी जेब ना बुरिया पार, एक अजिही भुख है जिहड़ी छेती किते दूर नहीं हो सकती। महाराज कहते हैं कि भावे पुरिया के पहाड़ बन लिए, पुरी नगर कहते हैं, लोग कहते हैं जो वक् वक् लोग संसार वसे हुए हैं, कोई इंद्रपुरी है जिन्होंने स्वर्ग कहा जाता है, कोई शिवपुरी है, कोई विष्णुपुरी है, इस तरह अनेक संसार मनुख ने कल तौर पर मने हुए। महाराज जी कहते हैं कि जिन्ने भी संसार हैं, जिन्ने भी लोग हैं, जिन्ने भी उत्थे भंडार हैं, जिन्निया भी रस्ता हैं, जो कुछ भी उत्थे प्राप्त है, जो सानू वो सारा कुछ भी मिल जाए तो भी साड़ी ये भुख दूर नहीं होगी, क्योंकि ये भुख ऐसी है कि प्रभु के नाम से सिमरन के नाल जुड़न लई जिहड़ी भुख है वह बहुत ही प्रबल है, उहदा इलाज इन्हां थावां दे उत्ते कोई नहीं। इस करके पदार्थां दी भुख विच मनुख नूं पैण दी लोड़ नहीं, बहुते पार बनण दी लोड़ नहीं, बहुते भंडारे इकट्ठे करन दी लोड़ नहीं, क्योंकि इहदे नाल तृप्ति नहीं होएगी, ये सगो तृष्णा बदी ही जाएगी। एक मिसाल होर दे रहे हैं, सहस स्यान पां लख होए ता एक न चले नाल, सहस सहस तो बिना हजार, हजारा स्यानपां बंदे विच हो जाए फिर वो हजारा स्यानपां लखां विच तब्दील हो, कहने तो भाव यह है कि मनुख बड़ा ही अपने आप को विद्वान समझ लग पे, ज्ञानी समझ लग पवे, अते ये सोचे कि मैं अपनी सियाणप नाल, मैं अपने ज्ञान के नाल उस प्रभु के नाल जुड़ सकता हाँ, तो महाराज जी कहते हैं कि शायद यह भी संभव ना हो सके। बहुत सियाण जम का भाव व्यापे, मर्ज कहते जो असं ज्यादा सियाने हो जाने तो असी जम के भाव का शिकार हो जाते, सानू काल दुखी कर सकता है। इस करके बहुत ही सियाणप का मान जोड़ा है वह मनुख को किसी चीज किसी आदर्श तक नहीं पहुंचा सकता। सियाण एक संसारिक चीज है, वह होमे जन्म देती है, हंकार जन्म देती है। महाराज जी कहते सहस सियाण पवे नताओ नानक मनमुख बोलन वाओ। अपनी सियाणप का जिक्र कौन करते हैं, जेडे मनमुख ने जेडे होमे ने मारे हुए। सहस सियाणप लया न जाइए नानक ऐसा गुर बड़ भागी पाई। महाराज कहते सियाणप ना नहीं कुछ भी मिलता, सियाणप की होमे न कुछ नहीं मिलता, बहुते ग्रंथ पढ़ लैन, बहुते शास्त्र पढ़ लैन, बहुते वेद पढ़ के नाल कुछ भी प्राप्त नहीं होएगा। सहस सियाण पां लख होए, हजारा ते हजारा तो भी तेरिया सियाणपां लखां हो जान तां इक न चले नाल। जिस वेले तू परमार्थ ते मार्ग ते चलेगा, रूहानियत दे सफर ते चलेगा,
अध्यात्म यात्रा से चलेगा तो हो सकता है तेरे नाल एक भी सियाणा साथ ना दे, क्योंकि सियाणपा के नाल प्रभु की प्राप्ति नहीं हो सकती। महाराज अगली गल जो इस पौड़ी का केंद्र बिंदु है अगली तुक विच बयान कर रहे हैं कि जे शरीरक पवित्रता नाल भी कुछ प्राप्त नहीं हुंदा, जे मौन धारण करन नाल समाधि लाउण नाल भी कुछ प्राप्त नहीं हुंदा, जे पदार्थां दी इकट्ठ करके इकट्ठे करके पदार्थां दी वरतों करके पदार्थां दी वरतों द्वारा भी कुछ नहीं हो सकता, तो फिर उस सच के नाल जुड़िया किवें जा सकता है? उस प्रभु के नाल मिलिया किवें जा सकता है? महाराज जी सवाल इस तरह दस रहे हैं कि व सचियारा होई है किव कूड़े टुटे पार। महाराज जी कहते हैं कि असं सचियारे किवें हो सकते हैं? ये दुनिया के जिहड़े जिहड़े तरीके अपनाए जा रहे हैं वह कामयाब नहीं हैं, उन्हां तो कुछ प्राप्ति होने वाली नहीं है। महाराज जी कहते हैं फिर किवें सचियारे हो सकते और किवें कूड़ झूठ की कंध टुट सकती है, पर्दा टुट सकता है? महाराज जी का यह ख्याल है कि जीव अते प्रभु के विचकार एक पर्दा है, एक कंध है, एक खोला है, जिसनों झूठ की कंध कहा जा सकता है। झूठ करके ये उहदे नालों वखरा है। महाराज कहते उस कंध नूं गिराउण दी लोड़ है, कंध नूं देखण दी लोड़ है, उस पर्दे नूं खत्म करन दी लोड़ है, फिर तुसीं उस सच नाल जुड़ के सचियारे हो जाओगे। ये किवें हो सकता है? किव सचियारा होइए किव कूड़े टुटे पार। किस तरह झूठ की दीवार जिहड़ी है वो डिग सकती है? कूड़े की पाल विच्चों निकले सच वसै मन आए, अंतर शांत मन सुख होए सच संजम कार कुमारे। किस तरह सच के नाल, किस तरह संजम की कार के नाल असीं जुड़ना है? महाराज जी कहते हैं किस तरह साढ़े अंदर उस सच का निवास हो सकता है, किस तरह असीं उसका हिस्सा बन सकते? बिन भागा ऐसा सतगुर न पाईए, जे लोचै सब कोए कूड़े की पाल विच्चों निकले तां सदा सुख होए। सुख उदों मिलना है, प्रभु दे नाल मेल उदों होना है, सच्चे सुख की प्राप्ति उदों होनी है जदों एक कूड़ की कंध टैणी है। सो महाराज इस प्रश्न का हल भी दस रहे, अगली पंक्ति दे विच इस प्रश्न का हल भी दस रहा कि कूड़ की कंध किवें टठेगी, जीव सचियारा किवें होएगा, सच का हिस्सा किवें बनेगा। महाराज जी कह रहे हैं हुक्म रजाई चलना नानक लिखिया नाल। महाराज जी कहते हैं कि भाई इको एक तरीका है, इको एक हल है, ना सोच विच पाओ ना तू मौन धारण वाल पाओ ना तू पदार्थ इकट्ठे करने वाल पाओ ना तू बहुते ज्ञान की गल कर सियाणपां की गल कर, तेरा उहदे नाल मेल उदों होएगा
ਜਦੋਂ ਤੂੰ ਹੁਕਮ ਵਿੱਚ ਰਹਿਣਾ ਸਿੱਖ ਰਿਹਾ, ਹੁਕਮ ਤੇ ਰਜ਼ਾ ਵਿੱਚ ਰਹਿਣਾ ਸਿੱਖ ਰਹੇਗਾ, ਜਦੋਂ ਤੂੰ ਭਾਣਾ ਮੰਨਣਾ ਸਿੱਖ ਲਏਗਾ, ਜੋ ਕੁਝ ਉਹ ਪ੍ਰਭੂ ਕਰਦਾ ਹੈ ਉਸਨੂੰ ਅਕਸੈਪਟ ਕਰਨਾ ਹੈ ਜੀਵ ਨੂੰ। ਹੁਕਮ ਰਜਾਈ ਚੱਲਣਾ, ਸਾਡਾ ਜੀਵਨ ਕਿਵੇਂ ਚੱਲਣਾ ਚਾਹੀਦਾ ਹੈ, ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਜੋ ਕੁਝ ਉਹ ਕਰਦਾ ਹੈ, ਜਿਵੇਂ ਵੀ ਉਹ ਸਾਨੂੰ ਰੱਖਦਾ ਹੈ, ਸਾਨੂੰ ਉਸ ਤਰ੍ਹਾਂ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੋ ਤੂੰ ਰੱਖੈ ਤਿਉਂ ਰਹਾਂ, ਹਰ ਨਾਮ ਅਧਾਰਾ। ਕਿ ਪ੍ਰਭੂ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਮੈਂ ਉਸੇ ਤਰ੍ਹਾਂ ਰਹਾਂਗਾ, ਔਰ ਤੇਰਾ ਨਾਮ ਹੀ ਮੇਰਾ ਆਧਾਰ ਰਹੇਗਾ। ਸੇਵਕ ਕੋ ਸੇਵਾ ਬਣਾਈ, ਹੁਕਮ ਬੋਝ ਪਰਮ ਪਰਪਾਏ। ਹੁਕਮ ਨੂੰ ਸਮਝ ਕੇ, ਹੁਕਮ ਦੇ ਨਾਲ ਜੁੜ ਕੇ ਉੱਚੀ ਆਤਮਕ ਅਵਸਥਾ, ਪਰਮਪਦ ਦੀ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਸਕਦੀ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਫਰਮਾਇਆ ਕਿ ਵੱਡੇ ਵੱਡੇ ਜੋਗੀ ਜਿਹੜੇ ਨੇ, ਉਹ ਇਹ ਮਾਣ ਕਰਦੇ ਨੇ ਕਿ ਉਹਨਾਂ ਨੇ ਸਮਾਧੀ ਦੁਆਰਾ, ਸਾਧਨਾ ਦੁਆਰਾ ਤੁਰੀ ਅਵਸਥਾ ਜਿਹੜੀ ਹੈ ਪ੍ਰਾਪਤ ਕਰ ਲਈ ਹੈ, ਉੱਚੀ ਅਵਸਥਾ ਪ੍ਰਾਪਤ ਕਰ ਲਈ ਹੈ। ਮਹਾਰਾਜ ਜੀ ਕਹਿੰਦੇ ਕਿ ਇਹੋ ਜਿਹੀ ਕੋਈ ਗੱਲ ਨਹੀਂ। ਹੁਕਮ ਬੁਝੈ ਸੋ ਜੋਗੀ ਕਹੀਐ, ਇੱਕ ਸਿਉਂ ਚਿਤ ਲਾਏ। ਜੋਗੀ ਵੀ ਕੋਈ ਹੈ, ਪਹੁੰਚਿਆ ਹੋਇਆ ਸਿੱਧ ਵੀ ਕੋਈ ਹੈ, ਜਿਹੜਾ ਹੁਕਮ ਨੂੰ ਸਮਝੇਗਾ ਤੇ ਹੁਕਮ ਦੇ ਅਨੁਸਾਰ ਚੱਲੇਗਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਵਾਹਿਗੁਰੂ ਦਾ ਹੁਕਮ ਹੈ ਉਹ ਹਰ ਜੀਵ ਦੇ ਨਾਲ ਤੁਰ ਤੋਂ ਲਿਖਿਆ ਆਇਆ ਹੈ, ਉਹਦਾ ਸੰਯੋਗ ਹੈ। ਇਸ ਕਰਕੇ ਉਸਨੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਰਾਜ਼ੀ ਰੱਖਣਾ ਹੈ, ਪ੍ਰਭੂ ਦੀ ਰਜ਼ਾ ਨੂੰ ਮਿੱਠੀ ਕਰਕੇ ਹਮੇਸ਼ਾ ਮੰਨਣਾ ਹੈ, ਪ੍ਰਭੂ ਦੀ ਰਜ਼ਾ ਦੇ ਵਿਰੁੱਧ ਕੋਈ ਕੰਮ ਨਹੀਂ ਕਰਨਾ। ਜੇ ਇਹ ਇਸ ਪ੍ਰਕਾਰ ਦੀ ਜ਼ਿੰਦਗੀ ਉਹ ਬਣਾ ਲਏਗਾ, ਜੇ ਇਸ ਪ੍ਰਕਾਰ ਦਾ ਜੀਵਨ ਅਪਣਾ ਲਏਗਾ, ਜੀਵਨ ਦੀ ਸ਼ੈਲੀ ਅਪਣਾ ਲਏਗਾ, ਤਾਂ ਉਹ ਸੱਚਿਆਰ ਹੋ ਜਾਏਗਾ। ਉਸ ਸੱਚੇ ਪ੍ਰਭੂ ਦੀ, ਆਦ ਸੱਚ ਦੀ, ਜੁਗਾਦ ਸੱਚ ਦੀ, ਹੈਪੀ ਸੱਚ ਦੀ, ਨਾਨਕ ਹੋਸੀ ਵੀ ਸੱਚ ਦੀ, ਉਹਦੀ ਜੋਤ ਦੇ ਵਿੱਚ ਜੁੜ ਜਾਏਗਾ, ਉਹਦਾ ਹਿੱਸਾ ਬਣ ਜਾਏਗਾ। ਉਹ ਸਤਨਾਮ ਦਾ ਹਿੱਸਾ ਬਣ ਕੇ ਉਸ ਜੋਤ ਦੇ ਵਿੱਚ ਹਮੇਸ਼ਾ ਲਈ ਬਲੀਨ ਹੋ ਕੇ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋ ਜਾਏਗਾ। ਸਤਿਗੁਰੂ ਬਖਸ਼ਿਸ਼ ਕਰ, ਕਿਰਪਾ ਕਰਨ। ਸਤਸੰਗਤ, ਜਪ ਜੀ ਦਾ ਜੋ ਇਹ ਸੁਨੇਹਾ ਹੈ ਕਿ ਅਸੀਂ ਹੁਕਮ ਦੇ ਰਜ਼ਾ ਵਿੱਚ ਰਹਿਣਾ ਹੈ, ਉਹ ਅਪਣਾਉਣ ਦਾ ਸਾਨੂੰ ਬਲ ਮਿਲੇ, ਸਮਰੱਥਾ ਮਿਲੇ, ਤਾਂ ਕਿ ਅਸੀਂ ਉਸ ਅਗੰਮੀ ਜੋਤ ਦਾ ਹਿੱਸਾ ਬਣ ਸਕੀਏ ਅਤੇ ਇਸ ਮਾਨਵ ਜਨਮ ਦਾ ਲਾਭ ਉਠਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।